ਦਰਸ਼ਕੋ ਅੱਜ ਦੀ ਮੁੱਖ ਖਬਰ ਹੈਗੀ ਆ 370 ਆਰਟੀਕਲ ਜੰਮੂ ਕਸ਼ਮੀਰ ਵਿੱਚ ਖਤਮ ਹੋ ਗਿਆ ਹੈਗਾ। ਇਹਨੂੰ ਲਗਭਗ ਸਾਰੀਆਂ ਅਖਬਾਰਾਂ ਨੇ ਬਹੁਤ ਹੀ ਮੋਟੇ ਅੱਖਰਾਂ ਵਿੱਚ ਹੈੱਡਲਾਈਨ ਬਣਾਇਆ ਹੈਗਾ, 370 ਖਤਮ ਜੰਮੂ ਕਸ਼ਮੀਰ ਹੁਣ ਬਣਿਆ ਕੇਂਦਰ ਸ਼ਾਸਿਤ ਪ੍ਰਦੇਸ਼। ਅਤੇ ਇਹਦੇ ਨਾਲ ਵੈਸੇ ਤਾਂ ਸਮੁੱਚੇ ਦੇਸ਼ ਨੇ ਇਹਨੂੰ ਵੈਲਕਮ ਕੀਤਾ ਹੈ, ਪਰ ਪੋਲੀਟੀਕਲੀ ਥੋੜ੍ਹਾ ਜਿਹਾ ਮਿਕਸ ਰਿਐਕਸ਼ਨ ਹੈਗਾ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਹਨੂੰ ਕ੍ਰਿਟੀਸਾਈਜ਼ ਕੀਤਾ ਹੈ, ਕਾਂਗਰਸ ਨੇ ਵੀ ਕ੍ਰਿਟੀਸਾਈਜ਼ ਕੀਤਾ ਹੈਗਾ। ਸ਼੍ਰੋਮਣੀ ਅਕਾਲੀ ਦਲ ਨੇ ਇਹਨੂੰ ਵੈਲਕਮ ਕੀਤਾ ਹੈਗਾ, ਹੋਰ ਵੀ ਕੁਛ ਨੈਸ਼ਨਲ ਲੈਵਲ ਦੀਆਂ ਪਾਰਟੀਆਂ ਨੇ ਬਹੁਤਿਆਂ ਨੇ ਇਹਨੂੰ ਸਰਾਹਿਆ ਹੈਗਾ, ਪਰ ਕੁਛ ਨੇ ਇਹਨੂੰ ਕ੍ਰਿਟੀਸਾਈਜ਼ ਵੀ ਕੀਤਾ ਹੈਗਾ। ਕੱਲ੍ਹ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਜਦੋਂ ਰਾਜ ਸਭਾ ਵਿੱਚ ਦੱਸਿਆ ਤਾਂ ਕਾਫੀ ਜ਼ਿਆਦਾ ਮਜੋਰਟੀ ਵਿੱਚ ਉਹਨਾਂ ਦੀ ਜਦੋਂ ਵੋਟਿੰਗ ਹੋਈ ਤਾਂ ਲੋਕਾਂ ਨੇ ਇਹਨੂੰ ਸਪੋਰਟ ਕੀਤਾ ਹੈਗਾ। ਇਹਦੇ ਨਾਲ ਨਾਲ ਮੋਦੀ ਸਰਕਾਰ ਦਾ ਇਹ ਸਭ ਤੋਂ ਵੱਡਾ ਇਤਿਹਾਸਿਕ ਫੈਸਲਾ ਹੈਗਾ। ਇਹ ਜਿਹੜੀ ਧਾਰਾ 370 ਅਤੇ 35A 28 ਆ, ਇਹ ਪਹਿਲਾਂ ਹਟਾਉਣ ਤੋਂ ਪਹਿਲਾਂ ਕੀ ਸੀ, ਜੰਮੂ ਕਸ਼ਮੀਰ ਨੂੰ ਵਿਸ਼ੇਸ਼ ਅਧਿਕਾਰ ਦਾ ਦਰਜਾ ਸੀ, ਦੋਹਰੀ ਨਾਗਰਿਕਤਾ ਮਿਲੀ ਹੋਈ ਸੀ, ਉਹਨਾਂ ਦਾ ਝੰਡਾ ਵੀ ਅਲੱਗ ਸੀ ਅਤੇ ਸੰਵਿਧਾਨ ਵੀ ਵੱਖਰਾ ਸੀ। ਦੂਸਰਾ, ਉਸ ਸਟੇਟ ਵਿੱਚ ਐਮਰਜੈਂਸੀ ਨਹੀਂ ਲਗਾਈ ਜਾ ਸਕਦੀ ਸੀ। ਵੋਟ ਦਾ ਅਧਿਕਾਰ ਕੇਵਲ 27 ਨਾਗਰਿਕਾਂ ਨੂੰ ਸੀ, ਜਿਹੜੇ ਦੂਸਰੇ ਜਿਹੜੇ ਵਸਿੰਦੇ ਸੀ ਜਿਨ੍ਹਾਂ ਕੋਲ 27 ਨਾਗਰਿਕਤਾ ਨਹੀਂ ਸੀ ਉਹਨਾਂ ਨੂੰ ਵੋਟ ਦਾ ਅਧਿਕਾਰ ਨਹੀਂ ਸੀ। ਅਤੇ ਵਿਧਾਨ ਸਭਾ ਦਾ ਕਾਰਜਕਾਲ ਬਾਕੀ ਸਰ ਜਗ੍ਹਾ ਪੂਰੇ ਇੰਡੀਆ ਵਿੱਚ 5 ਸਾਲ ਆ, ਇੱਥੇ 6 ਸਾਲ ਸੀ। ਇੱਕ ਹੋਰ ਜਿਹੜਾ ਬਹੁਤ ਅਹਿਮ ਸੀ ਵੀ RTI ਕਾਨੂੰਨ ਲਾਗੂ ਨਹੀਂ ਸੀ, ਕਰਪਸ਼ਨ ਲੈਵਲ ਤਾਂ ਹਰ ਜਗ੍ਹਾ ਹੈਗਾ, ਉੱਥੇ ਕੁਛ ਜ਼ਿਆਦਾ ਹੀ ਸੀ, ਕੋਈ ਤੁਸੀਂ ਇਨਫੋਰਮੇਸ਼ਨ ਨਹੀਂ ਸੀ ਲੈ ਸਕਦੇ। ਰੱਖਿਆ, ਵਿਦੇਸ਼ ਅਤੇ ਵਿੱਤੀ ਮਾਮਲਿਆਂ ਸੰਬੰਧੀ ਹੀ ਲਾਗੂ ਹੁੰਦੇ ਸੀ ਕਾਨੂੰਨ। ਅਤੇ ਹੁਣ ਕੀ ਹੋਏਗਾ, ਸਾਰੇ ਵਿਸ਼ੇਸ਼ ਅਧਿਕਾਰ ਖਤਮ ਹੋ ਗਏ ਹੈਗੇ ਆ, ਹੋਰਨਾਂ ਸੂਬਿਆਂ ਦੇ ਲੋਕ ਵੀ ਉੱਥੇ ਰਹਿ ਸਕਣਗੇ। ਜਿਵੇਂ ਹੁਣ ਬਾਕੀ ਸੂਬਿਆਂ ਵਿੱਚ ਜੋ ਮਰਜ਼ੀ ਤੁਸੀਂ ਜ਼ਮੀਨ ਲੈ ਲਓ, ਕੋਈ ਜਾਇਦਾਦ ਲੈ ਲਓ, ਖਰੀਦੋ ਫਰੋਖਤ ਉਹ ਕਰ ਸਕਦੇ ਆ। ਤਿਰੰਗਾ ਝੰਡਾ ਅਤੇ ਭਾਰਤ ਦਾ ਸੰਵਿਧਾਨ ਲਾਗੂ ਹੋਏਗਾ। ਅਤੇ ਇਹਦੇ ਨਾਲ ਨਾਲ ਜਿਹੜਾ ਹੁਣ ਜਿਹੜੇ ਹੋਰਨਾਂ ਰਾਜਾਂ ਦੇ ਲੋਕ ਵੀ ਵੋਟ ਪਾ ਸਕਣਗੇ ਅਤੇ ਉਮੀਦਵਾਰ ਬਣ ਸਕਦੇ ਹੈਗੇ। ਵਿਧਾਨ ਸਭਾ ਦਾ ਕਾਰਜਕਾਲ ਬਾਕੀ ਸੂਬਿਆਂ ਵਾਂਗ 5 ਸਾਲ ਹੋਵੇਗਾ। ਅਤੇ RTI ਕਾਨੂੰਨ ਜਿਹੜਾ ਜਿਵੇਂ ਇੱਧਰ ਸੀ ਪਹਿਲਾਂ ਨਹੀਂ ਲਾਗੂ ਸੀ, ਹੁਣ ਇਹ ਬਿਲਕੁਲ ਲਾਗੂ ਹੋਏਗਾ। ਅਤੇ ਜਿਹੜੀ ਐਮਰਜੈਂਸੀ ਦਾ ਕਲੋਜ਼ ਸੀ ਉਹ ਖਤਮ ਕਰ ਦਿੱਤਾ ਹੈਗਾ। ਅਤੇ ਹੁਣ ਸੰਸਦ ਤੋਂ ਪਾਸ ਜਿਹੜੇ ਵੀ ਸਾਡੀ ਪਾਰਲੀਮੈਂਟ ਤੋਂ ਕਾਨੂੰਨ ਪਾਸ ਹੋਣਗੇ ਉਹ ਵੀ ਸਿੱਧੇ ਲਾਗੂ ਹੋਣਗੇ। ਇਹ ਮੈਨੂੰ ਵੀ ਉਮੀਦ ਆ, ਇਹਨੂੰ ਮੈਂ ਪਹਿਲਾਂ ਵੀ ਸਾਡੇ ਦਰਸ਼ਕਾਂ ਲਈ ਦੱਸਦਿਆਂ, ਅਵਿਨਾਸ਼ ਰਾਏ ਖੰਨਾ ਨੂੰ ਮੈਂ 22 ਜੂਨ ਨੂੰ ਪ੍ਰੋਗਰਾਮ ਕੀਤਾ ਸੀ, ਉਹਦੇ ਵਿੱਚ ਵੀ ਕਿਉਂਕਿ ਜਦੋਂ ਇਹ ਮੋਦੀ ਸਾਹਿਬ ਬਣੇ ਹੈਗੇ ਆ ਪ੍ਰਧਾਨ ਮੰਤਰੀ ਸੈਕਿੰਡ ਟਰਮ, ਇਹਨਾਂ ਦੀ ਪ੍ਰਾਇਰਟੀ ਇਹ ਹੀ ਸੀ ਵੀ ਅਸੀਂ ਇਹ ਜਿਹੜਾ 370 ਆਰਟੀਕਲ ਖਤਮ ਕਰਨਾ ਹੈਗਾ। 22 ਜੂਨ ਵਾਲੇ ਨੇ ਪ੍ਰੋਗਰਾਮ ਵਿੱਚ ਅਸੀਂ ਇਹੋ ਆਪਣੇ ਇਹੋ ਪੇਸ਼ ਕੀਤਾ ਸੀ। ਆਓ ਉਹਦੇ ਕੁਛ ਝਲਕੀਆਂ ਵੀ ਦਿਖਾਉਂਦੇ ਹਾਂ ਤੁਹਾਨੂੰ ਦਰਸ਼ਕੋ। ਕੋਈ ਮਦਦ ਨਾ ਕੀਤੀ ਹੋਵੇ ਔਰ ਆਪਣੀ ਖਾਜ ਨਾ ਦਿੱਤੀ ਹੋਵੇ, ਅੱਜ ਹਿੰਦੁਸਤਾਨ ਅੱਗੇ ਜੋ ਅਸੀਂ ਦੇਖਿਆ 70 ਸਾਲ ਦੇ ਵਿੱਚ, ਸਾਨੂੰ ਲੋਕ ਕਈ ਵਾਰ ਇੱਦਾਂ ਭਾਸ਼ਾ ਯੂਜ ਕਰਦੇ ਸੀਗੇ ਵਿਦੇਸ਼ੀ ਕਿ ਸਾਡੇ ਕੋਲ ਮੰਗਣ ਆਉਂਦੇ ਨੇ, ਲੇਕਿਨ ਅੱਜ ਅਸੀਂ ਲੋਕਾਂ ਨੂੰ ਦੇਣ ਦੇ ਯੋਗੇ ਹੋ ਗਏ ਹਾਂ, ਐਸਾ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਇਸ ਦੇਸ਼ ਨੂੰ ਬਣਾਇਆ। ਬਹੁਤ ਅੱਛੀ ਗੱਲ। ਇਹ ਆਪਾਂ ਟਰਨ ਬਾਈ ਟਰਨ ਖੰਨਾ ਸਾਹਿਬ ਪਹਿਲਾਂ ਜੰਮੂ ਕਸ਼ਮੀਰ ਆਪਾਂ ਡਿਸਕਸ ਕਰ ਲਈਏ। ਜਿਵੇਂ 371 ਧਾਰਾ ਹੈਗੀ ਆ, 370 ਸੋਰੀ, ਉਹਦੇ ਬਾਰੇ ਕੀ ਵਿਊ ਪੁਆਇੰਟ ਹੈ ਲੇਟੈਸਟ ਤੁਹਾਡੀ ਸਰਕਾਰ ਦਾ, ਇਹਦੇ ਬਾਰੇ ਜ਼ਰੂਰ ਦੱਸੋ ਜੀ। ਦੇਖੋ, 70 ਸਾਲ ਲਗਾਤਾਰ ਜੰਮੂ ਕਸ਼ਮੀਰ ਦੇ ਲੋਕਾਂ ਨੂੰ ਇਸ ਗੱਲ ਲਈ ਗੁੰਮਰਾਹ ਕੀਤਾ ਗਿਆ ਕਿ ਸ਼ਾਇਦ 370 ਧਾਰਾ ਦੇ ਨਾਲ ਉਹਨਾਂ ਦਾ ਕੋਈ ਫਾਇਦਾ। ਹਾਂਜੀ, ਲੇਕਿਨ ਮੈਂ ਕਈ ਵਾਰ ਸਾਫ਼ ਤੌਰ 'ਤੇ ਪੁੱਛਦਾ ਹੁੰਦਾ ਵੀ ਇੱਕ ਫਾਇਦਾ ਵੀ ਜੰਮੂ ਕਸ਼ਮੀਰ ਦੇ ਲੋਕ ਦੱਸਣ ਜਿਹੜਾ ਉਹਨਾਂ ਨੂੰ ਹੋਇਆ 370 ਧਾਰਾ, ਲੇਕਿਨ ਇੱਕ ਇਹ ਇਸ ਦੇਸ਼ ਨਾਲੋਂ ਅਲੱਗ ਤਰ੍ਹਾਂ ਸ਼ੋਅ ਕਰਨ ਦੀ ਜਿਹੜੀ ਗੱਲ ਹੈ ਉਹ ਸੰਵਿਧਾਨ 'ਚ ਕੀਤੀ ਗਈ ਹੈ। ਸਾਡਾ ਕਲੀਅਰ ਕੱਟ ਵਿਊ ਹੈ ਕਿ 370 ਧਾਰਾ ਜਿਹੜੀ ਹੈ ਉਹ ਜੰਮੂ ਕਸ਼ਮੀਰ ਤੋਂ ਹਟਣੀ ਚਾਹੀਦੀ ਹੈ। ਇਹ ਵੀ ਜੰਮੂ ਕਸ਼ਮੀਰ ਨੂੰ ਵੀ ਬਾਕੀ ਸੂਬੇ ਦੀ ਤਰ੍ਹਾਂ ਵਿਕਾਸ ਕਰਨ ਦਾ, ਬਾਕੀ ਸੂਬੇ ਤਰ੍ਹਾਂ ਆਪਣੀ ਸੁਰੱਖਿਆ ਕਰਨ ਦਾ,
ਬਾਕੀ ਸੂਬੇ ਤਰ੍ਹਾਂ ਸਕੀਮਾਂ ਲਾਗੂ ਕਰਨ ਦਾ ਪੂਰਾ ਜਿਹੜਾ ਹੈ ਅਧਿਕਾਰ ਹੋਣਾ ਚਾਹੀਦਾ। ਸੂਬੇ ਦਾ ਵਿਕਾਸ ਹੋਵੇ ਉਹਦੇ ਲਈ ਅਸੀਂ ਪ੍ਰਯਾਸਰਤ ਹੈ ਔਰ ਸਾਡੀ ਸੰਵਿਧਾਨ ਅਸੀਂ ਆਪਣੇ ਸੰਕਲਪ ਪੱਤਰ ਦੇ ਵਿੱਚ ਵੀ ਵਾਰ ਵਾਰ ਕਿਹਾ ਔਰ ਸਾਡਾ ਇੱਕ ਸ਼ੁਰੂ ਤੋਂ ਮੰਗ ਵੀ ਹੈ ਕਿ ਜੰਮੂ ਕਸ਼ਮੀਰ 'ਚੋਂ 370 ਧਾਰਾ ਜਿਹੜੀ ਹੈ ਹਟਣੀ ਚਾਹੀਦੀ ਹੈ ਔਰ ਜੋ ਲੀਗਲ ਪ੍ਰੋਸੈਸ ਹੈ ਪ੍ਰੋਸੀਜਰ ਹੈ ਉਹ ਤੁਸੀਂ ਅਡੋਪਟ ਕਰੋਗੇ, ਉਹ ਅਡੋਪਟ ਕਰਕੇ ਉਹ ਹਟਾਇਆ ਜਾਏਗਾ। ਹਾਂ ਬਹੁਤ ਅੱਛੀ ਗੱਲ। ਇੱਕ ਦੋ ਗੱਲਾਂ ਦੇ ਹਿਸਾਬ ਨਾਲ ਮੈਂ ਪੁੱਛਣੀ ਚਾਹੁੰਦਾ, ਜਿਵੇਂ ਬਹੁਤ ਸਾਰੀ ਸਟੇਟਾਂ ਵਿੱਚੋਂ ਜਿਵੇਂ ਵੈਸਟ ਬੰਗਾਲ 'ਚੋਂ ਜਾਂ ਹੋਰ ਸਟੇਟਾਂ ਵਿੱਚੋਂ ਥੋੜ੍ਹੀ ਜਿਹੀ ਬੀਜੇਪੀ ਵੱਲ ਟਿਲਟ ਹੋਈ ਹੈਗੀ ਕਿ ਅਸੀਂ ਉੱਧਰ ਜਿਹੜੀ ਹੈਗੀ ਆ ਪੋਲੀਟੀਕਲ ਲੋਕਾਂ ਨੂੰ ਆਪਣੇ ਨਾਲ ਨਹੀਂ ਜੋੜ ਸਕਦੇ ਵੈਲੀ ਵਿੱਚੋਂ ਬੀਜੇਪੀ ਵੱਲੋਂ ਜਾਂ ਹੋਰ ਨੈਸ਼ਨਲਾਈਜ਼ ਪਾਰਟੀਆਂ ਵੱਲੋਂ? ਹਾਂ ਜੀ, ਬਹੁਤ ਸੋਹਣਾ ਸਵਾਲ ਤੁਸੀਂ ਕੀਤਾ। ਹਾਂਜੀ, ਮੈਂ ਤੁਹਾਡੇ ਜਿੰਨੇ ਵੀ ਦਰਸ਼ਕ ਹੈ ਉਹਨਾਂ ਨੂੰ ਇੱਕ ਜਾਣਕਾਰੀ ਦੇਣਾ ਚਾਹੁੰਦਾ। ਹਾਂਜੀ, ਕਿ ਇਸ ਵੇਲੇ ਭਾਰਤੀ ਜਨਤਾ ਪਾਰਟੀ ਹਿੰਦੁਸਤਾਨ ਦੀ ਐਸੀ ਇਕੱਲੀ ਪਾਰਟੀ ਬਣ ਗਈ ਹੈ ਜਿਹਦੇ ਕੋਲ ਪਿੱਛੇ 11 ਕਰੋੜ ਮੈਂਬਰ ਸੀ ਆਪਣੇ। ਅੱਛਾ ਜੀ, ਅਤੇ ਹੁਣ ਮੈਂਬਰਸ਼ਿਪ ਸ਼ੁਰੂ ਹੋਈ ਹੈ। ਸਾਡਾ ਇੱਕ ਸੰਵਿਧਾਨ ਦੇ ਵਿੱਚ ਪ੍ਰੋਵੀਜ਼ਨ ਹੈ ਪਾਰਟੀ ਦੇ ਕਿ 20% ਮੈਂਬਰਸ਼ਿਪ ਵਧਣ ਤੋਂ ਬਾਅਦ ਅਸੀਂ ਆਪਣਾ ਇਲੈਕਸ਼ਨ ਕਰਾਉਂਦੇ ਹਾਂ। ਅੱਛਾ, ਹੁਣ ਜੰਮੂ ਕਸ਼ਮੀਰ ਦੇ ਵਿੱਚ ਇਸ ਵਾਰ ਜਿਹੜਾ ਇਲੈਕਸ਼ਨ ਹੋਇਆ, ਮੈਂ ਪਹਿਲਾਂ ਉਹਦੀ ਗੱਲ ਕਰ ਰਿਹਾ, ਇਸ ਵਾਰ ਕਾਂਗਰਸ ਦੇ ਨਾਲ ਜੰਮੂ ਦੇ ਵਿੱਚ NC ਤੇ PDP ਦੋਨਾਂ ਨੇ ਲੜ ਕੇ ਇਲੈਕਸ਼ਨ ਲੜਿਆ। ਤਿੰਨੇ ਪਾਰਟੀਆਂ ਜਦੋਂ ਇਕੱਠੀਆਂ ਹੋ ਕੇ ਉਸ ਇਲੈਕਸ਼ਨ 'ਚ ਆਈਆਂ, ਜੰਮੂ 'ਚ ਉਹਨਾਂ ਸਮਝੌਤਾ ਸੀ ਅਤੇ 2 ਸੀਟਾਂ 'ਤੇ ਅਸੀਂ 3-3 ਲੱਖ ਤੋਂ ਜ਼ਿਆਦਾ ਮਾਰਜਨਾਂ ਇਹ ਜਿੱਤੀਆਂ। ਅੱਛਾ, ਕਸ਼ਮੀਰ ਦੇ ਵਿੱਚ ਅਸੀਂ 3-3 ਸੀਟਾਂ ਲੜੇ ਲੇਕਿਨ ਹਾਰੇ। ਹਾਰ ਦੇ ਬਾਵਜੂਦ ਵੀ ਸਾਡਾ ਵੋਟ ਬੈਂਕ ਜਿਹੜਾ ਹੈ ਉਹ ਵਧਿਆ। ਅੱਛਾ, ਅਤੇ ਇੱਥੇ 6 ਸੀਟਾਂ ਨੇ ਟੋਟਲ ਜੰਮੂ ਕਸ਼ਮੀਰ 'ਚ, 3 ਅਸੀਂ ਜਿੱਤੀਆਂ ਨੇ ਅਤੇ 3 ਓਪੋਜੀਸ਼ਨ ਹੋਈਆਂ ਨੇ। ਉਹਨਾਂ ਦੇ ਇਕੱਠੇ ਹੋਣ ਦੇ ਬਾਵਜੂਦ ਵੀ ਉਹ ਸਿਰਫ 3 ਪਹਿਲੀ ਦੀਆਂ ਸੀਟਾਂ ਹੀ ਜਿੱਤ ਪਾਏ ਨੇ, 3 ਸੀਟਾਂ ਅਸੀਂ ਜਿੱਤੀਆਂ ਨੇ। ਦੂਜੀ ਗੱਲ, ਪਹਿਲੀ ਵਾਰ ਦੇਸ਼ ਦੇ ਇਤਿਹਾਸ 'ਚ ਗੱਲ ਹੋਈ ਹੈ ਕਿ ਅਸੀਂ ਅਲਾਇੰਸ ਗਵਰਨਮੈਂਟ ਜੰਮੂ ਕਸ਼ਮੀਰ 'ਚ ਬਣਾਈ ਹੈ। ਸਾਡਾ ਡਿਪਟੀ CM ਨਾਲ ਬਣਿਆ, ਲੇਕਿਨ ਜਦੋਂ ਜੋ ਮੁੱਦੇ ਅਸੀਂ ਚਾਹੁੰਦੇ ਸੀ ਜੰਮੂ 'ਚ ਹੋਣੇ ਚਾਹੀਦੇ ਆ ਔਰ ਜੰਮੂ ਕਸ਼ਮੀਰ ਦੇ ਹਾਲਾਤ ਬਹੁਤ ਮਾੜੇ ਹੋਏ ਨੇ, ਉਸ ਵੇਲੇ ਈਵਨ ਪੱਤਰਕਾਰ ਪੁਲਿਸ ਅਫਸਰ ਸਾਰਿਆਂ ਦਾ ਟੈਰਰਿਸਟ ਨੇ ਮਾਰਨਾ ਸ਼ੁਰੂ ਕੀਤਾ, ਉਸ ਵੇਲੇ ਫੀਲ ਕੀਤਾ ਕਿ ਸਰਕਾਰ ਜਿਹੜੀ ਹੈ ਉਹ ਡਿਲੀਵਰ ਨਹੀਂ ਕਰ ਰਹੀ, ਤਾਂ ਅਸੀਂ ਆਪਣਾ ਸਮਰਥਨ ਲਿਆ ਔਰ ਗਵਰਨਰ ਰੂਲ ਲੱਗ ਗਿਆ। ਇਸ ਵੇਲੇ ਉੱਥੇ ਗਵਰਨਰ ਰੂਲ ਹੈ, ਵਿਕਾਸ ਹੋ ਰਿਹਾ, ਟੈਰਰਿਜ਼ਮ ਕੰਟਰੋਲ 'ਚ ਹੈ, ਪੱਥਰਬਾਜ਼ੀ ਦੀ ਘਟਨਾ ਘਟ ਰਹੀਆਂ ਔਰ ਲੋਕਾਂ 'ਚ ਜਿਹੜਾ ਵਿਸ਼ਵਾਸ ਹੈ ਉਹ ਦੁਆਰਾ ਸ਼ੁਰੂ ਹੋਇਆ। ਇਹ 370 ਜਿਹੜਾ ਸੀ ਆਰਟੀਕਲ ਹਟਾਉਣ ਨਾਲ ਜੰਮੂ ਕਸ਼ਮੀਰ ਦਾ ਨਕਸ਼ਾ ਬਦਲ ਗਿਆ ਹੈਗਾ। ਹੁਣ ਜੰਮੂ ਕਸ਼ਮੀਰ ਅਤੇ ਲੱਦਾਖ ਜਿਹੜੇ UTs ਹੋ ਗਏ ਹੈਗੇ ਆ, ਜਿਹੜੇ ਕੇਂਦਰ ਸ਼ਾਸਤ ਰਾਜ ਇਹ ਹੋ ਗਏ ਹੈਗੇ। ਅਤੇ ਇਹਦੇ ਨਾਲ ਨਾਲ ਜਿਹੜੇ ਪ੍ਰਮੁੱਖ ਪੋਲੀਟੀਕਲ ਲੀਡਰ ਸੀ ਮਹਿਬੂਬਾ ਉਮਰ ਸਮੇਤ ਜਿਹੜਾ ਜੰਮੂ ਕਸ਼ਮੀਰ ਦੇ ਕਈ ਸਿਆਸੀ ਆਗੂ ਗ੍ਰਿਫਤਾਰ, ਕਿਉਂਕਿ ਗੌਰਮੈਂਟ ਨੂੰ ਡਰ ਹੈਗਾ ਵੀ ਇਹ ਲੋਕਾਂ ਨੂੰ ਭੜਕਾ ਸਕਦੇ ਹੈਗੇ ਆ, ਅਤੇ ਇਸ ਕਰਕੇ ਇਹਨਾਂ ਨੂੰ ਮਹਿਬੂਬਾ ਮੁਫਤੀ ਅਤੇ ਉਮਰ ਅਬਦੁੱਲਾ ਇਹਨਾਂ ਨੂੰ ਗੌਰਮੈਂਟ ਨੇ ਨਜ਼ਰਬੰਦ ਕਰ ਲਿਆ ਹੈਗਾ, ਹਿਰਾਸਤ ਵਿੱਚ ਲੈ ਲਿਆ ਹੈਗਾ। ਇਹ ਸਮੁੱਚੇ ਘਟਨਾਕ੍ਰਮ ਦਾ ਮੈਨੂੰ ਲੱਗਦਾ ਹੈਗਾ ਹੁਣ ਜੰਮੂ ਕਸ਼ਮੀਰ ਵਿੱਚ ਅੱਛੀ ਡਿਵੈਲਪਮੈਂਟ ਹੋ ਸਕੇਗੀ। ਜਿਹੜੇ ਲੋਕ ਵਾਰ ਵਾਰ ਉਹ ਟੈਰਰਿਜ਼ਮ ਵੱਲ ਜਾਂਦੇ ਸੀ ਉਹ ਨਹੀਂ ਜਾਣਗੇ, ਅਤੇ ਜਦੋਂ ਉਹਨਾਂ ਨੂੰ ਡਿਵੈਲਪਮੈਂਟ ਦੇ ਪੂਰਾ ਉਹ ਇੱਕ ਡਿਵੈਲਪਮੈਂਟ ਵਿੱਚ ਪਾਰਟੀਸਪੇਟ ਕਰਨ ਦਾ ਮੌਕਾ ਮਿਲੇਗਾ ਤਾਂ 2-4 ਸਾਲ ਵਿੱਚ ਲੋਕ ਫੀਲ ਕਰਨਗੇ ਵੀ ਵਾਕਿਆ ਇਹ ਮੋਦੀ ਸਰਕਾਰ ਦਾ ਇੱਕ ਵਧੀਆ ਫੈਸਲਾ ਹੈਗਾ। ਇਹਦੇ ਪਿੱਛੇ ਤੁਸੀਂ ਕੀ ਸੋਚਦੇ ਹੋ, ਕੀ ਕਾਰਨ ਰਹੇ ਹੈਗੇ? ਸਭ ਤੋਂ ਪਹਿਲਾਂ ਜਿੰਨੇ ਵੀ ਦਰਸ਼ਕ ਨੇ ਉਹਨਾਂ ਨੂੰ ਸਾਰਿਆਂ ਨੂੰ ਮੇਰਾ ਸਤਿ ਸ਼੍ਰੀ ਅਕਾਲ, ਨਮਸਕਾਰ ਔਰ ਮੈਂ ਭਾਰਤ ਸਾਹਿਬ ਥੋੜ੍ਹਾ ਬਹੁਤ ਧੰਨਵਾਦ ਕਰਦਾ ਕਿ ਤੁਸੀਂ ਜਿਹੜੇ ਵਿਦੇਸ਼ ਬੈਠੇ ਸਰੋਤੇ ਨੇ ਸਾਡੇ ਇੰਡੀਅਨਸ ਨੇ ਪੰਜਾਬੀ ਨੇ ਉਹਨਾਂ ਨਾਲ ਇੱਥੇ ਦੀਆਂ ਗੱਲਾਂ ਇੱਥੇ ਦੇ ਹਾਲਾਤ ਬਾਰੇ ਉਹਨਾਂ ਨੂੰ ਜਾਣੂ ਕਰਾਉਂਦੇ ਹੋ। ਥੈਂਕ ਯੂ। ਜਿਹੜੀ ਗੱਲ ਤੁਸੀਂ ਪੁੱਛੀ ਹੈ ਕਿ ਐਡੀ ਵੱਡੀ ਜਿੱਤ ਇਹਦੇ ਕਾਰਨ ਅਤੇ ਹੁਣ ਕਰਨਾ ਕੀ ਹੈ, ਉਹਦੇ ਲਈ ਮੈਂ ਇੱਕ ਗੱਲ ਦੱਸਦਾ ਕਿ 2014 ਦਾ ਇਲੈਕਸ਼ਨ ਜਿਹੜਾ ਸੀਗਾ ਉਹ ਅਸੀਂ ਮੋਦੀ ਦੇ ਨਾਂ 'ਤੇ ਲੜਿਆ ਸੀ, ਅਤੇ 19 ਦਾ ਇਲੈਕਸ਼ਨ ਮੋਦੀ ਦਾ ਨਾਂ ਅਤੇ ਉਹਨਾਂ ਦੇ ਕੰਮ ਉੱਤੇ ਲੜਿਆ। 5 ਸਾਲ ਜੋ ਅਸੀਂ ਦੇਸ਼ ਦੇ 'ਚ ਕਰਕੇ ਦੱਸਿਆ, ਇੱਕ ਪਹਿਲੀ ਗੱਲ ਬੜੀ ਸਟੇਬਲ ਗਵਰਨਮੈਂਟ, ਦੂਜੀ ਗੱਲ ਜਿਹੜੀ ਲੋਕ ਸਮਝਦੇ ਸੀਗੇ ਬੜੀ ਇੰਪੋਸੀਬਲ ਇੰਡੀਆ 'ਚ ਹੋ ਗਈ ਉਹ ਹੈ ਇਮਾਨਦਾਰੀ, ਉਹ ਇਮਾਨਦਾਰ ਸਰਕਾਰ
5 ਸਾਲ ਅਸੀਂ ਚਲਾ ਕੇ ਦੱਸੀ ਹੈ, ਬਹੁਤ ਵੱਡਾ ਵਿਸ਼ਵਾਸ ਜਿਹੜਾ ਹੈ ਉਹ ਲੋਕਾਂ ਨੇ ਸਾਡੇ ਤੇ ਕੀਤਾ, ਔਰ ਜਿਹੜੇ ਵਾਅਦੇ ਅਸੀਂ ਕੀਤੇ ਸੀ ਲੋਕਾਂ ਦੇ ਨਾਲ, ਕਦੀ ਕਿਸੇ ਨੇ ਸੋਚਿਆ ਨਹੀਂ ਸੀਗਾ ਕਿ ਗਰੀਬ ਦੇ ਘਰ ਗੈਸ ਦਾ ਚੁੱਲ੍ਹਾ ਜਾਏਗਾ, ਇਹ ਸੋਚਿਆ ਨਹੀਂ ਸੀਗਾ ਕਿ ਜਿਹਦੇ ਕੋਲ ਸਿਰ ਦੀ ਛੱਤ ਹੈ ਨਹੀਂ ਉਹਨੂੰ ਛੱਤ ਦੇਣ ਦੇ ਲਈ ਸਰਕਾਰ ਪ੍ਰਯਾਸ ਕਰੇਗੀ, ਇਹ ਵੀ ਕਦੀ ਸੋਚਿਆ ਨਹੀਂ ਸੀਗਾ ਕਿ ਜਿਹੜੇ ਅੱਜ ਅਸੀਂ ਜੰਗਲ ਪਾਣੀ ਬਾਹਰ ਜਾਂਦੇ ਹਾਂ ਉਹਨਾਂ ਨੂੰ ਵੀ ਬਿਮਾਰੀਆਂ ਤੋਂ ਬਚਾਉਣ ਲਈ ਅਤੇ ਕੁਛ ਗਲਤ ਕੰਮਾਂ ਤੋਂ ਬਚਾਉਣ ਦੇ ਲਈ ਉਹਨਾਂ ਨੂੰ ਵੀ ਸਰਕਾਰ ਨੇ ਟੋਇਲਟ ਦੇ ਕੇ ਬਹੁਤ ਵੱਡਾ ਇੱਕ ਉਸ ਵਰਗ ਨੂੰ ਫਾਇਦਾ ਪਹੁੰਚਾਇਆ ਜਿਹਨੇ ਅੱਜ ਮਨ ਖੋਲ੍ਹ ਕੇ ਦਿਲ ਖੋਲ੍ਹ ਕੇ ਸਾਡੀ ਸਰਕਾਰ ਨੂੰ ਵੋਟ ਵੀ ਪਾਈ ਹੈ। ਦੂਜੀ ਗੱਲ ਕਿਸਾਨ, ਅਸੀਂ ਪੰਜਾਬ ਦੇ ਵਿੱਚ ਕਿਸਾਨ ਜਿਹੜਾ ਹੈ ਇੱਕ ਮੇਜਰ ਖੇਤੀਬਾੜੀ ਦਾ ਧੰਦਾ ਸਾਡਾ, ਔਰ ਕਿਸਾਨੀਅਤ ਲਈ ਅੱਜ ਤੱਕ ਕਦੀ ਵੀ ਐਸੀਆਂ ਪਾਲਿਸੀਆਂ ਨਹੀਂ ਬਣ ਪਾਈਆਂ ਜਿਹਦੇ ਕਾਰਨ ਕਿਸਾਨ ਜਿਹੜਾ ਹੈ ਉਹ ਆਪਣੇ ਆਪ ਨੂੰ ਸੇਫ ਮਹਿਸੂਸ ਕਰੇ, ਆਪਣੇ ਆਪ ਨੂੰ ਉਹ ਇੱਕ ਗੌਰਮੈਂਟ ਨਾਲ ਕੁਨੈਕਟਡ ਮਹਿਸੂਸ ਕਰੇ। ਪਹਿਲੀ ਗੱਲ, ਸ਼ਰੋਤੇ ਵੀ ਜਾਣਦੇ ਹੋਣਗੇ ਪਰ ਤੁਸੀਂ ਵੀ ਜਾਣਦੇ ਹੋ ਕਿ ਇੱਕ MSP ਤੈਅ ਕਰਵਾਉਣ ਦੇ ਲਈ ਕਿਸਾਨਾਂ ਨੂੰ ਕਿੰਨੇ ਅੰਦੋਲਨ ਕਰਨੇ ਪੈਂਦੇ ਸੀ, ਫਿਰ ਲੈ ਦੇ ਕੇ ਲੋਕਾਂ ਦੇ ਵੀ ਜਾਂ ਧਰਨੇ ਦੇ ਕੇ ਸਿਫਾਰਿਸ਼ਾਂ ਪਵਾ ਕੇ ਮੈਂਬਰ ਨੂੰ ਦੇ ਕੇ ਕਦੀ 50 ਰੁਪਏ, ਕਦੀ 7-7 ਰੁਪਏ, ਕਦੀ 10 ਰੁਪਏ, ਕਦੀ 5 ਰੁਪਏ ਤੱਕ, ਠੀਕ ਹੈ। ਲੇਕਿਨ ਸਾਡੀ ਸਰਕਾਰ ਨੇ ਹੁਣ ਉਹ ਫਾਰਮੂਲਾ ਬਣਾ ਦਿੱਤਾ ਕਿ ਜਿੰਨੀ ਉਹਦੀ ਕੀਮਤ ਹੈ ਉਸ ਤੋਂ 1.5 ਗੁਣਾ ਜਿਹੜੀ ਉਹਦੀ ਮਿਹਨਤ ਹੈ ਉਹ ਤੋਂ 1.5 ਗੁਣਾ MSP ਮਿਲੇਗੀ। ਉਹਦੇ ਨਾਲ ਇੱਕ ਫਾਰਮੂਲਾ ਤੈਅ ਹੋ ਗਿਆ, ਹੁਣ ਵਾਰ ਵਾਰ ਕਿਸਾਨ ਨੂੰ ਇਸ ਗੱਲ ਦੇ ਲਈ ਕਿਤੇ ਜਾਣਾ ਨਹੀਂ ਪਏਗਾ, ਆਉਣਾ ਨਹੀਂ ਪਏਗਾ, ਅੰਦੋਲਨ ਨਹੀਂ ਕਰਨੇ ਪੈਣਗੇ, ਉਹ ਰੇਟ ਸਾਡੀ ਸਰਕਾਰ ਨੇ ਦਿੱਤਾ ਗਿਆ। ਦੂਜੀ ਗੱਲ, ਜਿਹੜੀ ਫਸਲ ਹੈ ਉਹਦੀ ਇੰਸ਼ੋਰੈਂਸ, ਕਦੀ ਸੋਚਿਆ ਨਹੀਂ ਸੀ ਵੀ ਆਦਮੀ ਦੀ ਇੰਸ਼ੋਰੈਂਸ ਸੋਚੀ ਸੀ, ਲੇਕਿਨ ਫਸਲ ਦੀ ਇੰਸ਼ੋਰੈਂਸ ਵੀ ਹੋਏਗੀ, ਇਹ ਵੀ ਗੱਲ ਲੋਕਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਸਰਕਾਰ ਨੇ ਕੀਤੀ ਹੈ। ਔਰ ਜਿਹੜੀ ਵੱਡੀ ਇੱਕ ਗੱਲ ਕੀਤੀ ਹੈ, ਆਮ ਲੋਕ ਇਹ ਸੋਚਦੇ ਸੀ ਕਿ ਅਸੀਂ ਮੈਡੀਕਲ ਪੁਆਇੰਟ ਆਫ ਵਿਊ ਨਾਲ ਇੱਕ ਹੈਲਥ ਕਾਰਡ ਆਦਮੀ ਦਾ ਸੁਣਿਆ ਸੀ, ਲੇਕਿਨ ਸਾਡੀ ਸਰਕਾਰ ਨੇ ਸੋਇਲ ਹੈਲਥ ਕਾਰਡ ਬਣਾ ਕੇ ਉਸ ਮਿੱਟੀ ਦਾ ਵੀ ਹੈਲਥ ਕਾਰਡ ਬਣਾ ਕੇ ਜਿਹੜਾ ਹੈ ਉਹ ਕਿਸਾਨ ਨੂੰ ਜਾਗਰੂਕ ਕਰਾਇਆ ਕਿ ਤੈਨੂੰ ਕਿਹੜੀ ਖਾਦ ਦੀ ਲੋੜ ਹੈ, ਕਿਹੜੇ ਬੀਜ ਦੀ ਲੋੜ ਹੈ ਅਤੇ ਕਿਹੜੇ ਤੈਨੂੰ ਪੈਸਟੀਸਾਈਡ ਦੀ ਲੋੜ ਹੈ। ਸੋ ਇਹ ਕਿਸਾਨੀਅਤ ਦੇ ਲਈ ਇੱਕ ਜੋ ਉਪਰਾਲਾ ਕੀਤਾ, ਉਹਦੇ ਨਾਲ ਜਿਹੜਾ ਉਪਰਾਲਾ ਪਿਛਲੀ ਵਾਰ ਅਸੀਂ ਕੀਤਾ ਉਹ ਸੀਗਾ ਵੀ 2 ਏਕੜ ਜ਼ਮੀਨ ਤੱਕ ਕਿਸਾਨ ਜਿਹੜਾ ਹੈ ਉਸਨੂੰ 6,000 ਰੁਪਇਆ ਸਾਲ ਦਾ ਜਿਹੜਾ ਹੈ ਉਹ ਦਿੱਤਾ ਜਾਏਗਾ। ਅੱਜ ਹੁਣ ਅੰਨ ਦੀ ਸਰਕਾਰ ਨੇ ਇਹ ਫੈਸਲਾ ਕਰ ਲਿਆ ਕਿ ਕੁਛ ਵੀ ਹੋਏ ਸਰਕਾਰ ਕਿਸਾਨ ਅੰਨਦਾਤਾ ਹੈ, ਉਹਨੂੰ ਮਾਨ ਤਾਨ ਜਿਹੜਾ ਖਜ਼ਾਨੇ 'ਚੋਂ ਸਰਕਾਰ ਦੇ ਪੈਸਾ ਜਾਣਾ ਇੱਕ ਮਾਨ ਤਾਂ ਨਹੀਂ ਹੁੰਦਾ, ਉਹ ਹੁਣ ਹਰ ਕਿਸਾਨ ਨੂੰ 6,000 ਰੁਪਇਆ ਸਾਲ ਜਿਹੜਾ ਹੈ ਉਹ ਮਿਲੇਗਾ। ਕਿਸੇ ਮਜ਼ਦੂਰ ਨੇ ਨਹੀਂ ਸੋਚਿਆ ਸੀਗਾ ਕਿ ਮੈਂ 60 ਸਾਲ ਦੀ ਉਮਰ ਤੋਂ ਬਾਅਦ ਕੰਮ ਨਹੀਂ ਕਰ ਸਕਦਾ, ਕੋਈ ਮਜ਼ਦੂਰ ਤੇ ਰੱਖਦਾ ਨਹੀਂ ਹੈ, ਉਹ ਕੀ ਕਰੇਗਾ। ਉਹਦੇ ਵਾਸਤੇ ਵੀ 3,000 ਰੁਪਇਆ ਮਹੀਨਾ ਪੈਨਸ਼ਨ ਦਾ ਪ੍ਰੋਵੀਜ਼ਨ ਕੀਤਾ। ਬਿਜ਼ਨਸਮੈਨ ਵੀ ਹਰੇਕ ਵਾਰ ਕਹਿੰਦਾ ਸੀ ਵੀ ਅਸੀਂ ਸਰਕਾਰ ਨੂੰ ਟੈਕਸ ਇਕੱਠਾ ਕਰਕੇ ਦਿੰਦੇ ਹਾਂ ਉਹਦੇ ਵਿੱਚ ਸਾਨੂੰ ਕੀ ਮਿਲਦਾ, ਉਹਨਾਂ ਵਾਸਤੇ ਵੀ ਜਿਹੜਾ ਛੋਟਾ ਬਿਜ਼ਨਸਮੈਨ ਹੈ ਉਹਦੇ ਵਾਸਤੇ ਵੀ ਸਰਕਾਰ ਨੇ ਇੱਕ ਪੈਨਸ਼ਨ ਸਕੀਮ ਜਿਹੜੀ ਹੈ ਉਹ ਲਾਗੂ ਕੀਤੀ ਹੈ। ਬਿਜ਼ਨਸਮੈਨ ਹੋ ਗਿਆ, ਕਿਸਾਨ ਹੋ ਗਿਆ, ਮਜ਼ਦੂਰ ਹੋ ਗਿਆ, ਆਲਮੋਸਟ ਬਹੁਤ ਸਾਰੇ ਲੋਕਾਂ ਨੂੰ ਟੱਚ ਕਰ ਲਿਆ। ਦੂਜੀ ਗੱਲ ਜਿਹੜੀ ਕਿਸਾਨ ਨੇ ਫੈਸਲਾ ਕਰ ਲਿਆ ਸੀ, ਆਪਣੀ ਸਰਕਾਰ ਨੇ ਫੈਸਲਾ ਕਰ ਲਿਆ ਸੀ ਕਿ ਅਸੀਂ 5 ਲੱਖ ਦੀ ਆਮਦਨ ਤੱਕ ਜਿਹੜਾ ਹੈ ਇਨਕਮ ਟੈਕਸ ਜਿਹੜਾ ਹੈ ਉਹ ਨਹੀਂ ਲਵਾਂਗੇ, ਉਹਨਾਂ ਦਾ ਇਨਕਮ ਇਹ ਇਤਿਹਾਸਿਕ ਫੈਸਲੇ ਨੇ ਜਿਹੜੀ